ਸਾਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਅਜੀਤ ਵੈਬ ਟੀ ਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਕਰੋਨਾ ਵਾਇਰਸ ਦੇ ਖਿਲਾਫ਼ ਜੰਗ ਲੜਨ ਦੇ ਲਈ ਹਰ ਇਨਸਾਨ ਵੱਲੋਂ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਸੋ ਬਹੁਤ ਸਾਰੇ ਅਜਿਹੇ ਮੁਲਾਜ਼ਮ ਵੀ ਹਨ ਜਿਹੜੇ ਸਮਾਜ ਦੇ ਲਈ ਪ੍ਰੇਰਣਾ ਸਰੋਤ ਵੀ ਬਣੇ ਹੋਏ ਹਨ ਅਤੇ ਲੋੜਵੰਦਾਂ ਦੇ ਲਈ ਉਹ ਰਾਹ ਦਸੇਰਾ ਵੀ ਬਣੇ ਹੋਏ ਹਨ, ਕਿਉਂਕਿ ਖਾਸ ਤੌਰ 'ਤੇ ਜਿਹੜੇ ਲੋੜਵੰਦ ਹਨ ਉਹਨਾਂ ਵਾਸਤੇ ਰਾਸ਼ਨ ਪਹੁੰਚਾਉਣਾ, ਉਹਨਾਂ ਦੀ ਦੁੱਖ ਸੁੱਖ ਵੇਲੇ ਸਾਥ ਨਿਭਾਉਣਾ ਇੱਕ ਅਹਿਮ ਜਿਹੜਾ ਰੋਲ ਇਸ ਵੇਲੇ ਉਹ ਨਿਭਾ ਰਹੇ ਨੇ। ਸੋ ਅਜਿਹੇ ਹੀ ਕੁਝ ਮੁਲਾਜ਼ਮ ਨੇ ਪੁਲਿਸ ਦੇ ਨਾਲ ਸੰਬੰਧਿਤ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਦੇਖਾਂਗੇ ਕਿ ਉਹਨਾਂ ਵੱਲੋਂ ਕਿਸ ਤਰੀਕੇ ਦਾ ਉਪਰਾਲਾ ਜਿਹੜਾ ਇਸ ਔਖੇ ਵੇਲੇ ਕੀਤਾ ਜਾ ਰਿਹਾ ਹੈ। ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਡਿਊਟੀ ਨਿਭਾਈ ਜਾ ਰਹੀ ਹੈ ਪੂਰੀ ਤਨਦੇਹੀ ਦੇ ਨਾਲ, ਉੱਥੇ ਹੀ ਪ੍ਰਸ਼ਾਦਾ ਛਕਾਉਣ ਦੀ ਲੋੜਵੰਦਾਂ ਨੂੰ ਉਹ ਵੀ ਡਿਊਟੀ ਬਾਖੂਬੀ ਜਿਹੜੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ। ਸੋ ASI ਜਸਵੰਤ ਸਿੰਘ ਅਤੇ ਉਹਨਾਂ ਦੇ ਸਾਥੀ ਪਰਮਜੀਤ ਸਿੰਘ ਹੁਣੀ ਰੋਜ਼ਾਨਾ ਦੀ ਰੂਟੀਨ ਦੇ ਵਾਂਗ ਹੀ ਵੱਖ ਵੱਖ ਇਲਾਕਿਆਂ 'ਤੇ ਜਾ ਕੇ ਲੋੜਵੰਦ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਸੋ ਪਹਿਲਾਂ ਡਿਊਟੀ ਵੀ ਕੀਤੀ ਜਾਂਦੀ ਹੈ ਅਤੇ ਡਿਊਟੀ ਕਰਨ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਦਾ ਜਿਹੜਾ ਹੈ ਉਹਨਾਂ ਵੱਲੋਂ ਲਗਾਤਾਰ ਇੱਥੇ ਛਕਾਇਆ ਜਾਂਦਾ ਹੈ। ਸੋ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਤਸਵੀਰਾਂ ਜਿੱਥੇ ASI ਜਸਵੰਤ ਸਿੰਘ ਢੱਡੇ ਪਿੰਡ ਦੇ ਨਾਲ ਸੰਬੰਧ ਰੱਖਦੇ ਨੇ, ਤਾਂ ਉੱਥੋਂ ਦੀ ਸੰਗਤ ਵੱਲੋਂ ਜਦੋਂ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਵੱਖ ਵੱਖ ਇਲਾਕੇ ਦੇ ਸਹਿਯੋਗ ਦੇ ਨਾਲ, ਤਾਂ ਇਹ ਪੁਲਿਸ ਅਧਿਕਾਰੀ ਜਿਹੜੇ ਨੇ ਪਹਿਲਾਂ ਆਪਣੀ ਡਿਊਟੀ ਕਰਦੇ ਨੇ, ਡਿਊਟੀ ਤੋਂ ਬਾਅਦ ਫਿਰ ਆਪਣੇ ਪਿੰਡ ਜਾ ਕੇ ਪਿੰਡ ਤੋਂ ਵਾਪਸ ਆ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜੇ ਲੋੜਵੰਦ ਨੇ ਜਿੱਥੇ ਪ੍ਰਸ਼ਾਸਨ ਦੀ ਪਹੁੰਚ ਜਿਹੜੀ ਹੈ ਨਹੀਂ ਹੋ ਰਹੀ ਜਾਂ ਉਸ ਤੋਂ ਇਲਾਵਾ ਹੋਰ ਜਿੱਥੇ ਬੰਦੇ ਜਿਹੜੇ ਨਹੀਂ ਪਹੁੰਚਦੀਆਂ, ਤਾਂ ਉਹਨਾਂ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਬੀਤੇ ਦਿਨਾਂ ਤੋਂ। ਸੋ ਦੇਖ ਸਕਦੇ ਹਾਂ ਕਿ ਇਸ ਔਖੇ ਸਮੇਂ ਦੇ ਵਿੱਚ ਇਨਸਾਨੀਅਤ ਦੀ ਅਹਿਮ ਭੂਮਿਕਾ ਜਿਹੜੀ ਹੈ ਹਰੇਕ ਨਾਗਰਿਕ ਵੱਲੋਂ ਨਿਭਾਈ ਜਾ ਰਹੀ ਹੈ, ਚਾਹੇ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੋਵੇ। ਸੋ ਬਹੁਤ ਹੀ ਸ਼ਲਾਘਾਯੋਗ ਜਿਹੜੇ ਕੰਮ ਨੇ ਲਗਾਤਾਰ ਕੀਤੇ ਜਾ ਰਹੇ ਨੇ, ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ। ਸੋ ਪਿੰਡ ਢੱਡੇ ਤੋਂ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ, ਤਾਂ ਉਸ ਦੀ ਪੈਕਿੰਗ ਕਰਕੇ ਬਕਾਇਦਾ ਤੌਰ 'ਤੇ ਇੱਥੇ ਲੋੜਵੰਦਾਂ ਦੇ ਵਾਸਤੇ ਜਿਹੜੀ ਆ ਉਹ ਲੈ ਕੇ ਆਉਂਦੇ ਨੇ। ਤਾਂ ਇਸ ਤੋਂ ਇਲਾਵਾ ਪਿੰਡ ਢੱਡੇ ਦੇ ਨਾਲ ਨਾਲ ਪਿੰਡ ਭੁੱਲਰ ਦੇ ਲੋਕ ਵੀ ਜਿਹੜੇ ਨੇ ਉਹ ਬਾਖੂਬੀ ਸਾਥ ਜਿਹੜਾ ਹੈ ਉਹ ਨਿਭਾ ਰਹੇ ਨੇ। ਸੋ ਲੋੜਵੰਦਾਂ ਦੀ ਸਹਾਇਤਾ ਕਰਨੇ ਇਸ ਔਖੇ ਸਮੇਂ ਜਿੱਥੇ ਇਨਸਾਨੀਅਤ ਦਾ ਕਰਮ ਸਮਝਿਆ ਜਾਂਦਾ ਹੈ, ਉੱਥੇ ਹੀ ਬਹੁਤ ਸ਼ਲਾਘਾਯੋਗ ਕਾਰਜ ਜਿਹੜੇ ਨੇ ਲਗਾਤਾਰ ਕੀਤੇ ਜਾ ਰਹੇ ਨੇ, ਆਪਣੀ ਆਪਣੀ ਡਿਊਟੀ ਜਿਹੜੀ ਨਿਭਾਈ ਜਾ ਰਹੀ ਹੈ। ਡਿਊਟੀ ਦੇ ਨਾਲ ਹੀ ਨਾਲ ਉੱਥੇ ਲੋੜਵੰਦਾਂ ਦੀ ਸਹਾਇਤਾ ਦੇ ਲਈ ਵੀ ਪੁਲਿਸ ਪ੍ਰਸ਼ਾਸਨ ਅੱਗੇ ਰਿਹਾ ਹੈ। ਸੋ ਇਹ ਪ੍ਰੇਰਣਾ ਵੀ ਹੈ ਹੋਰਨਾਂ ਲੋਕਾਂ ਦੇ ਲਈ, ਕੁਝ ਕੁ ਲੋਕਾਂ ਦੇ ਕਰਕੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਨਿੰਦਰਿਆ ਵੀ ਜਾਂਦਾ ਹੈ, ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਇਨਸਾਨੀਅਤ ਦੇ ਲਈ ਅੱਗੇ ਆ ਰਹੇ ਨੇ। ਸੋ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਅਜਿਹੇ ਉਪਰਾਲੇ ਜਿਹੜੇ ਨੇ ਉਹ ਲਗਾਤਾਰ ਦੇਖੇ ਜਾ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਿਹਤ ਵਿਭਾਗ ਵੱਲੋਂ ਅਤੇ ਹੋਰ ਵੀ ਜਿਹੜੇ ਵਿਭਾਗ ਨੇ ਉਹਨਾਂ ਵੱਲੋਂ ਵੀ ਡਿਊਟੀ ਨਿਭਾ ਰਹੀ ਹੈ। ਸੋ ਕੁੱਲ ਮਿਲਾ ਕੇ ਜਦੋਂ ਗੱਲ ਕੀ ਹੁੰਦੀ ਹੈ ਤਾਂ ਸਿਹਤ ਵਿਭਾਗ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਂਦੀ ਹੈ, ਪਰ ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾ ਰਹੇ ਹਨ। ਤਾਂ ਕੁੱਲ ਮਿਲਾ ਕੇ ਕਰੋਨਾ ਵਾਇਰਸ ਦੇ ਖਿਲਾਫ ਜਿਹੜੀ ਜੰਗ ਹੈ ਉਹ ਲੜੀ ਜਾ ਰਹੀ ਹੈ, ਜਿਸ ਦੇ ਵਿੱਚ ਹਰੇਕ ਇਨਸਾਨ ਵੱਲੋਂ ਆਪਣਾ ਆਪਣਾ ਬਣਦਾ ਫਰਜ਼ ਨਿਭਾਇਆ ਜਾ ਰਿਹਾ ਹੈ। ਸੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ ASI ਜਸਵੰਤ ਸਿੰਘ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਪਹਿਲਾਂ ਜਿਸ ਤਰ੍ਹਾਂ ਤੁਹਾਡੇ ਵੱਲੋਂ ਡਿਊਟੀ ਨਿਭਾਈ ਜਾਂਦੀ ਹੈ, ਉਸ ਤੋਂ ਬਾਅਦ ਦੀ ਸੇਵਾ ਕੀਤੀ ਜਾਂਦੀ ਹੈ, ਕੀ ਮਕਸਦ ਰਿਹਾ ਤੁਹਾਡਾ ਹੁਣ ਤੱਕ? ਸਾਡਾ ਮਕਸਦ ਇਹ ਹੈ ਜੀ, ਜਦੋਂ 22 ਤਰੀਕ ਤੋਂ ਲੋਕਡਾਊਨ ਹੋਇਆ ਵਾ, ਉਸ ਤੋਂ ਬਾਅਦ ਵੱਧ ਗਿਆ। ਪਹਿਲਾਂ ਤਾਂ ਅਸੀਂ ਸੋਚਿਆ ਸੀ ਸ਼ਾਇਦ ਇੱਕ ਦੋ ਦਿਨ ਹੀ ਹੋਵੇ, ਨਹੀਂ ਪਤਾ, ਛੋਟੀ ਮੱਤ ਛੋਟੀ ਬੁੱਧੀ ਨਹੀਂ ਆ, ਇਹ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ, ਬੁੱਧੀ ਬਖਸ਼ੀ। ਜਦੋਂ ਲੋਕਡਾਊਨ ਵੱਧਦਾ ਦੇਖਿਆ ਅਤੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਪਿੰਡ ਦੇ ਵਿੱਚ ਬੇਨਤੀ ਕੀਤੀ, ਲਾਲੇ ਪਿੰਡ ਬੇਨਤੀ ਕੀਤੀ, ਅਤੇ ਸੰਗਤ ਨੇ ਸਾਨੂੰ ਡੇਲੀ ਪ੍ਰਸ਼ਾਦਾ, ਪਹਿਲਾਂ ਸ਼ੁਰੂ ਹੁੰਦਾ ਹੁੰਦਾ 200-150-200 ਤੋਂ, ਹੁਣ 700-800 ਦੇ ਕਰੀਬ, ਪਿੰਡ ਭੁੱਲਰ, ਪਿੰਡ ਢੱਡੇ, ਹਲਕਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ। ਇਹ ਕਰੋਨਾ ਵਾਇਰਸ ਦੀ ਜੋ ਬਿਮਾਰੀ ਚੱਲੀ ਆ, ਇਹਦੇ ਮੱਦੇਨਜ਼ਰ ਸਾਰੀ ਸੰਗਤ ਦਾ ਸਹਿਯੋਗ ਬੜਾ ਰਿਹਾ। ਕਿਲ੍ਹਾ ਆਨੰਦਗੜ੍ਹ ਬਾਬਾ ਸੇਵਾ ਸਿੰਘ ਜੀ ਪ੍ਰੇਰਨਾ ਸਕਾ, ਕਿਉਂਕਿ ਸਾਰੇ ਇਹ ਦੋਵੇਂ ਨਗਰ ਬਹੁਤ ਜ਼ਿਆਦਾ ਇਸੇ ਛੋਟੇ ਹੁੰਦੇ ਆ ਕਿ ਟ੍ਰੇਨਿੰਗ ਵਾਲੀ, ਅਸੀਂ ਰੰਗਰੂਟ ਰਹੇ ਹਾਂ ਜੀ ਬਾਬਾ ਸੇਵਾ ਹੋਂ ਦੇ, ਬਾਬਾ ਲਾਭ ਸਿੰਘ ਦੇ, ਹੁਣ ਬਾਬਾ ਸੁੱਚਾ ਸਿੰਘ ਜੀ, ਸਾਡੇ ਰੰਗਰੂਟ ਰਹਿਣ ਕਰਕੇ ਅਸੀਂ ਉਹ ਕੰਮ ਸਿੱਖੇ ਸੀ।
ਅਤੇ ਜਿਹੜੇ ਕਿ ਹੁਣ ਇਸ ਟਾਈਮ 'ਤੇ ਕੰਮ ਆਏ ਆ, ਨਹੀਂ ਤਾਂ ਮੈਂ ਸਮਝਦਾ ਸੀ ਵੀ ਅਸੀਂ ਕਿਹੜੀ ਸੇਵਾ, ਅਸੀਂ ਭਰਤੀ ਹੋਏ ਹਾਂ, ਕਿਹੜੀ ਸੇਵਾ ਕਰਨੀ ਹੈ, ਮਤਲਬ ਵੀ ਮਤਲਬ ਇੱਥੇ ਮਤਲਬ ਡਿਊਟੀਆਂ ਨਹੀਂ ਹੋਣ ਡੀਆਂ, ਹੁਣ ਡਿਊਟੀ ਨਾਲ ਨਾਲ ਹੀ ਇਹ ਸੇਵਾ ਹੋਈ ਜਾਂਦੀ ਆ। ਜਦੋਂ ਸਵੇਰੇ ਲੈ ਕੇ ਆਉਂਦੇ ਹਾਂ ਪ੍ਰਸ਼ਾਦੇ ਪਿੰਡੋਂ, ਉਹ ਡਿਊਟੀ ਤੋਂ ਪਹਿਲਾਂ ਪਹਿਲਾਂ ਸੰਗਤਾਂ ਤਿਆਰ ਕਰ ਦਿੰਦੀਆਂ ਵਾ, ਅਤੇ ਡਿਊਟੀ ਨਾਲ ਟਾਈਮ 'ਤੇ ਆਈਦਾ ਵਾ। ਦੁਪਹਿਰ ਦੇ ਮੇਰੇ ਨਾਲ ਸਾਥੀ ਭਾਈ ਪਰਮਜੀਤ ਸਿੰਘ, ਹੋਰ ਮਤਲਬ 35 ਜਣਿਆਂ ਦਾ ਸਾਡਾ ਗਰੁੱਪ ਆ ਜੀ, ਰਿਜ਼ਰਵ ਆ, ਇਹ ਵਿੱਚੋਂ ਟਾਈਮ ਦੇ ਦਿੰਦੇ ਆ, ਵਿੱਚੋਂ ਇੱਕ ਬੰਦਾ ਵਾਰੀ ਵਾਰੀ ਆਪ ਵੀ ਨਾਲ ਆ ਜਾਂਦਾ ਵਾ। ਇੰਨੇ ਜਹਾਜਗੜ੍ਹ ਜਿੱਦਾਂ ਕਿ ਇੱਥੇ ਟਰੱਕ ਡਰਾਈਵਰ ਫਸੇ ਨੇ, ਇਹਨਾਂ ਨੂੰ ਪ੍ਰਸ਼ਾਦਾ ਦੇਣਾ, ਜਾਂ ਜਿਹੜੇ ਫੁੱਟਪਾਥਾਂ 'ਤੇ ਜਿਨ੍ਹਾਂ ਨੂੰ ਵੀ, ਅਸੀਂ ਦਵਾਈ ਦਾ ਫਸਟ ਏਡ ਦਾ ਕੰਮ ਵੀ ਰੱਖਿਆ ਭਾਈ ਘਨੱਈਆ ਜੀ ਦੀ ਸੋਚ 'ਤੇ ਚੱਲਣਾ ਵਾ, ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ। ਫਸਟ ਏਡ ਵੀ ਤੁਹਾਨੂੰ ਮੈਂ ਦਿਖਾਉਂਦਾ ਵਾਂ, ਉਹ ਸਾਡੇ ਕੋਲ ਗੋਲੀਆਂ ਵੀ ਜਿੰਨੇ ਕੁ ਅਸੀਂ ਜੋਗੇ ਹਾਂ, ਡਾਕਟਰ ਤਾਂ ਅਸੀਂ ਹੈ ਨਹੀਂ ਗੇ ਜੀ, ਮਤਲਬ ਕਿਸੇ ਦੇ ਦਰਦ ਹੁੰਦੀ ਆ, ਕਿਸੇ ਨੂੰ ਕੋਈ ਫੀਵਰ ਲੱਗਦਾ ਵਾ, ਜਿਵੇਂ ਕਿ ਦੱਸਦੇ ਉਹ ਪਹੁੰਚ ਹੀ ਉਹਨਾਂ ਮੈਡੀਕਲ ਸਟੋਰਾਂ 'ਤੇ ਜਾਂ ਦੀ ਪਹੁੰਚ ਹੈ ਨਹੀਂ, ਜੇ ਲੋੜਵੰਦ ਦੱਸਦਾ ਦਵਾਈ ਲੈਣੀ ਤਾਂ ਉਹਨਾਂ ਨੂੰ ਦਵਾਈ ਵੀ ਦੇ ਦਿੰਦੇ ਆ। ਜਿਵੇਂ ਕਿ ਮੈਂ ਕੋਲੋਂ ਨਹੀਂ ਕਰਿਆ, ਸੰਗਤਾਂ ਸਹਿਯੋਗ ਨਾਲ ਸਾਡੇ ਦਸਦਾ 20-20 50,000 ਰੁਪਏ ਅਸੀਂ ਇਕੱਠੇ ਵੀ ਕੀਤੇ ਇਹਨਾਂ ਬੰਦਿਆਂ ਨੇ, ਅਚਾਰ ਵਗੈਰਾ ਵੀ ਲੈ ਕੇ ਦਿੱਤਾ। ਮੇਰੇ ਪਿੰਡ ਦਾ ਇੱਕ ਨਗਰ ਦਾ NRA ਕਸ਼ਮੀਰ ਸਿੰਘ ਸਿੰਘਾਪੁਰ ਵਾਲੇ, ਉਹਨਾਂ ਨੇ 5,000 ਰੁਪਇਆ ਦਿੱਤਾ ਇੱਕ ਦਿਨ ਮੈਨੂੰ ਵੀ ਮੈਡੀਸਨ ਸੰਗ ਦੇ ਵਿੱਚ ਦੇਣੀ ਆ। ਉਹ ਹੁਣ ਅਸੀਂ ਕਿਸੇ ਨੂੰ ਲੱਭਦੇ ਨਹੀਂ ਫਿਰਨਾ ਵੀ ਉੱਦਾਂ ਦੇ ਇਕੱਲੇ ਇਕੱਲੇ ਬੰਦੇ ਦੇ ਲੱਖਾਂ ਰੁਪਈਏ ਹੁੰਦੇ ਨਹੀਂ ਆ, 5,000 ਕੀ ਹੋ ਸਕਦਾ, ਇਹ ਗੁਰੂ ਰਾਮਦਾਸ ਸਾਹਿਬ ਵੀ ਕਿਰਪਾ ਕਰਦੇ, ਬਾਬਾ ਘਨੱਈਆ ਜੀ ਕਿਰਪਾ ਕਰ ਸਕਦੇ ਆ। ਮੈਂ ਗਲਾ ਵੀ ਲੈਣ ਵਾਸਤੇ ਖਲੋਤਾ, ਪਿੰਡ ਸੈਨੇਟਾਈਜ਼ਰ ਪਿੰਡ ਦੇ ਮੁੰਡੇ ਸੇਵਾ ਕਰਦੇ ਆ, ਉੱਥੇ ਇੱਕ ਬੀਬੀ ਆ ਗਈ, ਬੀਬੀ ਨੇ ਮਤਲਬ ਜਿਵੇਂ ਉਹਨੂੰ ਪਰਮੇਸ਼ਰ ਨੇ ਖਿਲਾਇਆ ਗੁਰੂ ਰਾਮਦਾਸ ਸਾਹਿਬ ਨੇ, ਉਹਨਾਂ ਦਵਾਈ ਦੀ ਕੀਤੀ, ਮੈਂ ਕਿਹਾ ਵੀ ਲਓ ਬੀਬੀ ਦਵਾਈ, ਉਹ ਮੈਡੀਸਨ ਵਾਲੇ ਨੂੰ ਕਿਹਾ, ਮੈਂ ਕਿਹਾ ਵੀ ਕਿੰਨੇ ਦੀ ਦਵਾਈ ਆ, ਦਵਾਈ ਕੋਈ ਨਹੀਂ 300 ਰੁਪਏ ਦੀ ਦਵਾਈ, ਪਰ ਉਹ ਗਰੀਬ ਕੋਲ ਹੈ ਨਹੀਂ ਸੀ ਪੈਸੇ। ਅਤੇ ਚਲੋ ਉਹ ਵੇਖੋ ਜਿਹੜੀ ਭਾਵਨਾ ਨਾ ਉਹਨੇ 5,000 ਦਿੱਤਾ, ਉਸੇ ਭਾਵਨਾ ਦੇ ਨਾਲ ਹੀ ਉਹ ਦਵਾਈ ਮੰਗਣ ਵਾਲਾ ਵੀ ਘਲਾ ਦਿੱਤਾ ਗੁਰੂ ਰਾਮਦਾਸ ਨੇ, ਅਤੇ ਉਧਰੋਂ ਕੁਦਰਤੀ ਅਸੀਂ ਗਏ ਹਾਂ। ਇੱਦਾਂ ਦੇ ਕਾਫੀ ਕਾਰਨਾਮੇ ਆ, ਕਾਰਨਾਮੇ ਨੇ ਕਿਹਾ ਤਾਂ ਕਾਫੀ ਸੇਵਾ ਵਾ ਵੀ ਜਿਹੜੀ ਕਿ ਨਿਭਾਉਣ ਨੂੰ ਗੁਰੂ ਰਾਮਦਾਸ ਸਾਹਿਬ ਕਿਰਪਾ ਕਰ ਦਿੰਦੇ ਆ। ਅਤੇ ਹੁਣ ਸਾਡੀ ਕੋਸ਼ਿਸ਼ ਇਹ ਹੋ ਜਾਂਦੀ ਆ ਵੀ ਜਿਹੜੇ ਜਿਨ੍ਹਾਂ ਦਾ ਸੁੱਕਾ ਰਾਸ਼ਨ ਜਿਹੜੇ ਨਹੀਂ ਪਕਾ ਸਕਦੇ, ਭਾਵੇਂ ਉਹ ਕਿਰਾਏ 'ਤੇ ਕਿਸੇ ਘਰ ਰਹਿ ਰਹੇ ਆ, ਭਾਵੇਂ ਉਹ ਫੁੱਟਪਾਥਾਂ 'ਤੇ ਰਹਿ ਰਹੇ ਆ, ਭਾਵੇਂ ਜਿੱਦਾਂ ਕੋਈ ਟਰੱਕ ਡਰਾਈਵਰ ਆ, ਜਿਨ੍ਹਾਂ ਦਾ ਸੁੱਕਾ ਰਾਸ਼ਨ ਨਹੀਂ ਪਕਾ ਸਕਦੇ, ਉਹਨਾਂ ਤੱਕ ਪਹੁੰਚਾਉਣ ਦੀ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਆ। ਅਤੇ ਅੱਗੇ ਮੈਂ ਬੇਨਤੀ ਕਰਦਾ ਵੀ ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ, ਵਰਲਡ ਦੇ ਉੱਤੇ ਜੋ ਮਹਾਂਮਾਰੀ ਇਹ ਚੱਲੀ ਆ ਉਹ ਤੋਂ ਛੁਟਕਾਰਾ ਹੋਵੇ, ਅਤੇ ਅਸੀਂ ਖੁੱਲ੍ਹੇ ਦਰਸ਼ਨ ਦੁਆਰੇ ਸੱਚਖੰਡ ਹਰਿਮੰਦਰ ਸਾਹਿਬ ਦਰਸ਼ਨ ਕਰੀਏ, ਅਤੇ ਗੁਰੂ ਦੇ ਘਰੋਂ ਗੁਰੂ ਰਾਮਦਾਸ ਸਾਹਿਬ ਦੇ ਲੰਗਰੋਂ ਉੱਦਾਂ ਹੀ ਰੋਜ਼ਾਨਾ ਤਰ੍ਹਾਂ ਪ੍ਰਸ਼ਾਦਾ ਛਕੀਏ, ਜਿਵੇਂ ਡਿਊਟੀ ਆਉਣੇ ਦਰਸ਼ਨ ਵੀ ਕਰਾਉਣੇ ਪ੍ਰਸ਼ਾਦਾ ਵੀ ਛਕਾਉਣਾ। ਅਤੇ ਅਸੀਂ ਆਹ ਪ੍ਰਸ਼ਾਦਾ ਲਿਆਉਣਾ, ਮੈਨੂੰ ਕਿਸੇ ਨੇ ਕੱਲ੍ਹ ਪੁੱਛਿਆ ਵੀ ਪ੍ਰਸ਼ਾਦਾ ਕਿੰਨਾ ਜਿਹਾ ਵਰਤਾਓਗੇ, ਮੈਂ ਰਾਤੋਂ ਰਾਤ ਹੀ ਗੁਰੂ ਕਿਰਪਾ ਕਰੇ ਇਹ ਬਿਮਾਰੀ ਦੂਰ ਹੋ ਜਾਏ, ਅਤੇ ਅਸੀਂ ਇਹ ਪ੍ਰਸ਼ਾਦਾ ਲਿਆਉਣ ਵਾਲੀ ਜੀਏ, ਅਤੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਨਗਰ ਦੇ ਵਿੱਚੋਂ ਲੰਗਰ 'ਚੋਂ ਛਕਣਾ ਸ਼ੁਰੂ ਕਰ ਦਈਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਿਹੜੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਜੀ? ਸੇਵਾ ਜਦੋਂ ਦਾ ਇਹ ਲੋਕਡਾਊਨ ਹੋਇਆ ਜੀ, ਉਸ ਤੋਂ ਬਾਅਦ ਅਸੀਂ ਇਕੱਠੇ ਸੀ ਜੀ, ਅਤੇ ਅਸੀਂ ਵੇਖਿਆ ਵੀ ਜਿਹੜੀ ਜਨਤਾ ਵਾ ਵੀ ਰੋਟੀ ਵਾਸਤੇ ਤਰਸ ਰਹੀ ਆ, ਵੀ ਰੋਟੀ ਨਹੀਂ ਮਿਲ ਰਹੀ। ਜਦੋਂ ਅਸੀਂ ਸੜਕ 'ਤੇ ਖਲੋਤੇ ਹੁੰਦੇ ਹਾਂ, ਡਿਊਟੀ ਕਰਦੇ ਹਾਂ, ਤਾਂ ਉੱਥੇ ਕਈ ਆਉਂਦੇ ਆ ਵੀ ਸਾਨੂੰ ਕਿਤੇ ਆਟਾ ਮਿਲ ਜੇ, ਕੋਈ ਦਾਲ ਮਿਲ ਜੇ, ਕੁਝ ਮਿਲ ਜੇ, ਫਿਰ ਅਸੀਂ ਰਾਏ ਕੀਤੀ। ਅਤੇ 25 ਤਰੀਕ ਤੋਂ ਫਿਰ ਅਸੀਂ ਜਿਹੜਾ ਲੰਗਰ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਜੀ। ਅਤੇ ਜਿਵੇਂ ਜਿਵੇਂ ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਵੀ ਜਿੱਦਾਂ ਚੌਂਕਾ ਚੁੱਲ੍ਹਾ ਹੈ ਨਹੀਂ, ਜਿਹਦੇ ਘਰ ਅੱਗ ਨਹੀਂ ਬਲਦੀ, ਵੀ ਉਹਨੂੰ ਜ਼ਰੂਰੀ ਹੈ ਪ੍ਰਸ਼ਾਦਾ ਪਜਾਉਣਾ, ਇਹ ਅਸੀਂ ਪ੍ਰਸ਼ਾਦਾ ਉੱਥੇ ਦੇ ਰਹੇ ਹਾਂ ਜਿੱਦਾਂ ਚੌਂਕਾਂ 'ਤੇ ਚੁੱਲ੍ਹਾ ਨਹੀਂ ਚੱਲ ਰਿਹਾ ਜੀ। ਅਤੇ ਇਹ ਉੱਥੇ ਉੱਥੇ ਪਹੁੰਚਾਈ ਜਾ ਰਹੇ ਹਾਂ, ਅਸੀਂ ਇਹਨਾਂ ਨੂੰ ਸਾਰੀ ਇਹਨਾਂ ਨੂੰ ਇਕੱਠਿਆਂ ਨਹੀਂ ਗਏ ਕਰਦੇ, ਅਸੀਂ ਆਪ ਖੁਦ ਜਾਂਦੇ ਉੱਥੇ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਅਸੀਂ ਪ੍ਰਸ਼ਾਦਾ ਦੇ ਕੇ ਆਉਂਦੇ ਜੀ, ਅਤੇ ਜਿਹੜਾ ਕਿ ਉਹ ਛਾਕੇ ਦਾ ਆਪਦਾ ਢਿੱਡ ਭਰ ਸਕਣ ਜੀ। ਓਕੇ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਇਹ ਸਨ SI ਜਸਵੰਤ ਸਿੰਘ ਅਤੇ ਪਰਮਜੀਤ ਸਿੰਘ, ਜਿਨ੍ਹਾਂ ਵੱਲੋਂ ਬੀਤੇ ਦਿਨਾਂ ਤੋਂ ਹੀ ਲਗਾਤਾਰ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਸੋ ਜਿੱਥੇ ਆਪਣੀ ਡਿਊਟੀ ਵੀ ਤਨਦੇਹੀ ਨਾਲ ਨਿਭਾ ਰਹੇ ਨੇ, ਉੱਥੇ ਹੀ ਲੋੜਵੰਦਾਂ ਦੇ ਲਈ ਰਾਸ਼ਨ ਖਾਸ ਤੌਰ 'ਤੇ ਪ੍ਰਸ਼ਾਦਾ ਤਿਆਰ ਕਰਕੇ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਜੋ ਤਿਆਰ ਕੀਤਾ ਜਾਂਦਾ ਹੈ ਉਹ ਸ਼ਹਿਰ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ, ਅਤੇ ਇੱਥੇ ਆ ਕੇ ਉਹਨਾਂ ਦੀ ਜਿਹੜੀ ਸੇਵਾ ਉਹ ਕੀਤੀ ਜਾ ਰਹੀ ਹੈ। ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਨੂੰ ਦਿਓ ਇਜਾਜ਼ਤ, ਧੰਨਵਾਦ।